ਸਫ਼ਰਨਾਮਾ ਇੱਕ ਬਹੁਤ ਹੀ ਖੂਬਸੂਰਤ ਉਪਰਾਲਾ ਹੈ ਮੌਲਿਓ ਦਾ, ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ 22 ਤੋਂ 24 ਨਵੰਬਰ ਤੱਕ ਪੰਜਾਬ ਦੇ ਦੁਨੇਰਾ ਅਨੰਦਸਰ ਵਿੱਚ ਲੱਗਣ ਜਾ ਰਹੇ ਕੈਂਪ ਦੇ ਵਿੱਚ ਮੌਲਿਓ ਦੀ ਪਿਆਰੀ ਟੀਮ ਦੇ ਵੱਲੋਂ ਮੈਨੂੰ ਵੀ ਉੱਥੇ ਪਹੁੰਚਣ ਦਾ ਸੱਦਾ ਦਿੱਤਾ ਗਿਆ, ਅਤੇ ਮੈਂ ਜ਼ਰੂਰ ਜਾਵਾਂਗੀ ਕਿਉਂਕਿ ਮੈਂ ਬਹੁਤ ਐਕਸਾਈਟਿਡ ਹਾਂ। ਐਕਸਾਈਟਮੈਂਟ ਹਰ ਇੱਕ ਗੱਲ ਦੀ ਹੈ, ਦੁਨੇਰਾ ਅਨੰਦਸਰ ਵਰਗੀ ਖੂਬਸੂਰਤ ਥਾਂ 'ਤੇ ਜਾਣ ਦੀ ਐਕਸਾਈਟਮੈਂਟ, ਉੱਥੇ ਜਿਹੜੀਆਂ ਗੈਸਟ ਭੈਣਾਂ ਨੇ ਪਹੁੰਚਣਾ ਹੈ ਬਾਣੀ ਬਾਣੇ ਦੇ ਵਿੱਚ, ਉਹ ਆਪੋ ਆਪਣੇ ਵੱਖ ਵੱਖ ਖੇਤਰਾਂ ਦੇ ਵਿੱਚ ਸੇਵਾ ਨਿਭਾ ਰਹੀਆਂ ਨੇ, ਉਹਨਾਂ ਨੂੰ ਜਾਣਨ ਦਾ, ਉਹਨਾਂ ਨੂੰ ਸੁਣਨ ਦਾ, ਉਹਨਾਂ ਨੂੰ ਪਛਾਣਨ ਦਾ ਜਿਹੜਾ ਮੌਕਾ ਮਿਲਣਾ ਹੈਗਾ, ਮੌਲਿਓ ਦੀ ਪਿਆਰੀ ਟੀਮ ਨੂੰ ਇੱਕ ਵਾਰੀ ਫਿਰ ਮਿਲਣ ਦਾ ਮੌਕਾ ਮਿਲਣਾ, ਜੋ ਉਹਨਾਂ ਦੀ ਹੋਸਪਿਟੈਲਿਟੀ ਹੁੰਦੀ ਹੈ, ਜੋ ਉਹ ਸੇਵਾ ਕਰਦੇ ਨੇ, ਉਸ ਨੂੰ ਮਾਣਨ ਦਾ ਮੌਕਾ ਮਿਲੇਗਾ। ਨਾਲ ਹੀ ਨਾਲ ਜਿਹੜਾ ਨਾਮ, ਸੇਵਾ, ਸਿਮਰਨ, ਕਥਾ, ਕੀਰਤਨ, ਗੱਤਕਾ, ਗੁਰਮਤਿ ਵਿਚਾਰਾਂ ਅਤੇ ਬਹੁਤ ਕੁਛ ਹੋਰ ਐਸਾ ਹੋਣ ਜਾ ਰਿਹਾ ਜਿਹਨੂੰ ਲੈ ਕੇ ਬਹੁਤ ਐਕਸਾਈਟਮੈਂਟ ਹੈ ਮਨ ਦੇ ਵਿੱਚ, ਔਰ ਸਭ ਤੋਂ ਵੱਧ ਐਕਸਾਈਟਮੈਂਟ ਹੈ ਆਪ ਸਭ ਭੈਣਾਂ ਨੂੰ ਮਿਲਣ ਦੀ ਅਤੇ ਜਾਣਨ ਦੀ। ਅਤੇ ਇੱਕ ਬਹੁਤ ਹੀ ਵਧੀਆ ਗੱਲ ਇਹ ਵੀ ਹੈ ਕਿ ਤੁਸੀਂ ਉੱਥੇ ਆਪਣੀਆਂ ਮਾਤਾਵਾਂ ਦੇ ਨਾਲ, ਆਪਣੀਆਂ ਭੈਣਾਂ ਦੇ ਨਾਲ ਆ ਸਕਦੇ ਹੋ। ਵੱਖਰੀ ਗੱਲ ਇਹ ਹੈ ਕਿ ਕੋਰਸ ਦਾ ਕੈਂਪ ਪਹਿਲੀ ਵਾਰੀ ਲੱਗ ਰਿਹਾ। ਮੈਂ ਬਹੁਤ ਸਾਰੇ ਕੈਂਪ ਲਾਏ ਨੇ ਆਪਣੀ ਜ਼ਿੰਦਗੀ ਦੇ ਵਿੱਚ, ਕਾਲਜ ਟਾਈਮ, ਯੂਨੀਵਰਸਿਟੀ ਟਾਈਮ, ਉਸ ਤੋਂ ਬਾਅਦ ਵੀ ਕਈ ਵਾਰੀ ਕੈਂਪ ਲਾਏ ਨੇ, ਪਰ ਇਕੱਲੀਆਂ ਕੋਰਸ ਦਾ ਕੈਂਪ ਪਹਿਲੀ ਵਾਰੀ ਲੱਗ ਰਿਹਾ। ਸੋ ਬਹੁਤ ਐਕਸਾਈਟਮੈਂਟ ਹੈ ਕਿ ਕਦੋਂ ਉੱਥੇ ਜਾਈਏ, ਤੁਹਾਨੂੰ ਸਾਰਿਆਂ ਨੂੰ ਮਿਲੀਏ। ਤੁਸੀਂ ਵੀ ਸਾਰੇ ਜ਼ਰੂਰ ਪਹੁੰਚੋ। ਜ਼ਿੰਦਗੀ ਦੇ ਵਿੱਚ ਮਸ਼ਰੂਫ ਅਸੀਂ ਬਹੁਤ ਹਾਂ, ਅੱਗੇ ਵੀ ਬਹੁਤ ਰਹਿਣਾ, ਪਰ ਸਿਰਫ 3 ਦਿਨ ਨੇ। 3 ਦਿਨ ਜੇ ਸਾਨੂੰ ਇੱਕ ਕੁਦਰਤੀ ਸੁਹੱਪਣ ਵਾਲੀ ਥਾਂ 'ਤੇ ਜਾ ਕੇ ਉਸ ਕਾਦਰ ਦੇ ਹੋਰ ਨੇੜੇ ਹੋਣ ਦਾ ਮੌਕਾ ਮਿਲ ਰਿਹਾ, ਤਾਂ ਇਸ ਨੂੰ ਗਵਾਉਣਾ ਨਹੀਂ ਚਾਹੀਦਾ। ਅਤੇ ਦੂਸਰੀ ਗੱਲ ਇਹ ਹੈ ਕਿ ਅਸੀਂ ਸਾਰੇ ਸ਼ਾਇਦ ਕਿਤੇ ਨਾ ਕਿਤੇ ਸੋਚਦੇ ਹੁੰਦੇ ਹਾਂ ਕਿ ਉੱਥੇ ਰਹਿਣ ਦਾ ਪ੍ਰਬੰਧ ਕਿਵੇਂ ਦਾ ਹੋਏਗਾ, ਖਾਣ ਪੀਣ ਦਾ ਕਿਵੇਂ ਦਾ ਹੋਏਗਾ। ਮੌਲਿਓ ਦੀ ਟੀਮ ਨੂੰ ਮੈਂ ਬਹੁਤ ਮਹੀਨਿਆਂ ਤੋਂ ਜਾਣਦੀ ਹਾਂ, ਜਿਸ ਤਰੀਕੇ ਨਾਲ ਇਹ ਪੂਰੇ ਟੀਮ ਹੈ ਜਿਹੜੀ ਸੇਵਾਦਾਰ ਨੇ ਮੌਲਿਓ ਦੇ ਕੰਮ ਕਰਦੇ ਨੇ, ਮੈਂ ਸੱਚੀ ਬਹੁਤ ਇੰਪ੍ਰੈਸ ਹੈਗੀ ਹਾਂ। ਮਤਲਬ ਕਿਤੇ ਵੀ ਪਹੁੰਚੇ ਹੁੰਦੇ ਨੇ, ਪੰਜਾਬ, ਦਿੱਲੀ, ਬੰਬੇ, ਸੇਵਾ ਦੇ ਰੂਪ ਦੇ ਵਿੱਚ ਹਰ ਵੇਲੇ ਤਤਪਰ ਰਹਿੰਦੇ ਨੇ। ਮੈਂ ਸੋਚਦੀ ਹੁੰਦੀ ਹਾਂ ਕਿ ਆਪਣੇ ਵਾਸਤੇ ਟਾਈਮ ਕਦੋਂ ਕੱਢਦੇ ਹੋਣਗੇ। ਸੋ 101% ਸਾਨੂੰ ਭਰੋਸਾ ਹੈ ਕਿ ਦੁਨੇਰਾ ਅਨੰਦਸਰ ਦੇ ਵਿੱਚ ਇਕੱਲੀਆਂ ਬੀਬੀਆਂ ਦੇ ਲਈ ਜਿਹੜਾ ਕੈਂਪ ਲੱਗ ਰਿਹਾ, ਉੱਥੇ ਰਿਹਾਇਸ਼ ਦਾ, ਲੰਗਰ ਦਾ ਬਹੁਤ ਸੋਹਣਾ ਪ੍ਰਬੰਧ ਹੋਏਗਾ, ਇੱਕ ਸਿਕਿਓਰ ਪ੍ਰਬੰਧ ਹੋਏਗਾ। ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਅਸੀਂ ਬਸ ਪਹੁੰਚਣਾ ਹੈਗਾ, ਉੱਥੇ ਜਾ ਕੇ ਕੁਦਰਤ ਦੇ ਨਾਲ ਕਾਦਰ ਨੂੰ ਮਾਣਨਾ ਹੈਗਾ। ਇਹ ਵੇਲਾ ਨਾ ਖੁੰਝਾਈਏ, ਜ਼ਰੂਰ ਪਹੁੰਚੀਏ। ਇਹ ਨਾ ਹੋਵੇ ਕਿ ਬਾਅਦ 'ਚੋਂ ਅਸੀਂ ਪਛਤਾਉਂਦੇ ਰਹਿ ਜਾਈਏ, ਜਿਹੜੀਆਂ ਉਸ ਤੋਂ ਬਾਅਦ ਅਸੀਂ ਕੈਂਪ ਦੀਆਂ ਵੀਡੀਓਜ਼ ਦੇਖਾਂਗੇ ਜਾਂ ਫੋਟੋਜ਼ ਦੇਖਾਂਗੇ, ਉਹਨਾਂ ਨੂੰ ਦੇਖ ਕੇ ਅਸੀਂ ਪਛਤਾਈਏ ਨਾ। ਸੋ ਜਿਹੜੇ ਪਹੁੰਚ ਸਕਦੇ ਹਾਂ ਜ਼ਰੂਰ ਪਹੁੰਚੀਏ। ਸੋ ਆ ਜਾਓ ਫਿਰ ਤੁਸੀਂ ਅਨੰਦਸਰ ਦੁਨੇਰਾ ਦੇ ਵਿੱਚ, ਸਾਰੇ ਮਿਲਦੇ ਹਾਂ, ਇੱਕ ਦੂਸਰੇ ਨੂੰ ਜਾਣਦੇ ਹਾਂ, ਪਛਾਣਦੇ ਹਾਂ, ਬਹੁਤ ਖੂਬਸੂਰਤ ਅਨੁਭਵ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।